ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਦੋਂ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆ ਗਿਆ ਉਹਦੀ ਤੁਰੰਤ ਬੋਲੀ ਹੋਣੀ ਚਾਹੀਦੀ ਆ ਅਤੇ ਨਾਲ ਦੀ ਨਾਲ ਭਰਾਈ ਹੋਣੀ ਚਾਹੀਦੀ ਆ, ਲਦਾਈ ਹੋਣੀ ਚਾਹੀਦੀ ਹੈ ਅਤੇ ਇੱਥੇ ਤੱਕ ਅਸੀਂ ਤਾਂ ਮੰਗ ਕਰਦੇ ਹਾਂ ਵੀ ਉਹਦੀ ਫਸਲ ਦੀ ਅਦਾਇਗੀ ਵੀ ਤਕਰੀਬਨ ਨਾਲ ਦੀ ਨਾਲ ਹੋਣੀ ਚਾਹੀਦੀ ਹੈ। ਪ੍ਰਬੰਧ ਕੁੰਭ ਕਿਵੇਂ ਨੇ ਮੰਡੀ ਜਿਵੇਂ ਪਾਣੀ ਪੂਣੀ ਦੇ ਬੈਠਣ ਦੇ ਕਿਸਾਨਾਂ ਨੂੰ ਕਿਸਾਨਾਂ ਦੇ ਕੋਲ ਹੈ ਨੇ ਪ੍ਰਬੰਧ ਜਾਂ ਨਹੀਂ ਹੈਗੇ, ਇੱਧਰ ਜਾਂ ਉੱਧਰ ਜਾੜਾ ਪਾਲਾ ਜਾੜਾ ਉਹਦੇ ਵਿੱਚ ਪ੍ਰਬੰਧ? ਖੰਨੇ ਮੰਡੀ ਦੇ ਵਿੱਚ ਤਾਂ ਤਕਰੀਬਨ ਠੀਕ ਨੇ, ਬਾਕੀ ਜਿਹੜੇ ਬਾਹਰਲੀਆਂ ਮੰਡੀਆਂ ਨੇ ਜਿਵੇਂ ਸਾਡੇ ਫੋਕਲ ਪੁਆਇੰਟ ਨੇ ਉਹਨਾਂ ਦੇ ਵਿੱਚ ਨਹੀਂ ਹੈਗੇ ਕੋਈ ਪ੍ਰਬੰਧ ਖਾਸ, ਕਿਉਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਕੱਚੀਆਂ ਮੰਡੀਆਂ ਫੋਕਲ ਪੁਆਇੰਟ ਨੇ ਉੱਥੇ ਸਾਰਿਆਂ ਨਾਲ ਵੱਡੀ ਪ੍ਰੋਬਲਮ ਸਾਨੂੰ ਲੈਟਰੀਨਾਂ ਦੀ ਆਉਂਦੀ ਆ। ਰਹੀ ਇਹ ਜਿਹੜੇ ਵਪਾਰੀ ਨੇ ਇਹ ਤਾਂ ਆੜ੍ਹਤੀਆਂ ਨਾਲ ਰਲ ਕੇ ਆਪਣੀ ਮਰਜ਼ੀ ਅਨੁਸਾਰ ਇਹ ਖਰੀਦਣ, ਉਹ ਤਾਂ ਅਸੀਂ ਤਾਂ ਮੰਗ ਕਰਦੇ ਵੀ ਉਹ ਸਰਕਾਰ ਨੂੰ ਆਪਣੇ ਆਪ ਖਰੀਦਣੀ ਚਾਹੀਦੀ ਹੈ ਅਤੇ ਸਰਕਾਰੀ ਮੰਡੀ ਕਾਰਨ ਹੋਣਾ ਚਾਹੀਦਾ। ਬਿਲਕੁਲ ਰੇਟ ਨਹੀਂ ਠੀਕ ਹੈ, ਰੇਟ ਤਾਂ ਫਸਲਾਂ ਦੇ ਬਿਲਕੁਲ ਹੀ ਨਹੀਂ ਠੀਕ ਹੈਗੇ, ਕਿਸੇ ਵੀ ਫਸਲ ਦੇ ਨਹੀਂ ਸਾਡੀ ਠੀਕ ਹੈ, ਤਾਂ ਫਸਲ ਰੇਟ ਕੀ ਹੁੰਦਾ, ਸਾਡੀ ਮਿਹਨਤ ਕਿੰਨੀ ਆਉਂਦੀ ਹੈ, ਮਿਹਨਤ ਦੇ ਹਿਸਾਬ ਨਾਲ ਤਾਂ ਅਸੀਂ ਬਹੁਤ ਥੱਲੇ ਜਾ ਰਹੇ ਹਾਂ। ਝਾੜ ਜੀ ਲੋਕ ਸਾਡੇ ਝੂਠ ਬੋਲ ਰਹੇ ਨੇ, ਬਿਲਕੁਲ ਕੋਈ ਖਾਸ ਗੱਲ ਨਹੀਂ ਹੈਗੀ, ਉਹੀ ਝਾੜ ਝੂੜ ਨੇ, ਉਹਨੇ ਕਿ ਕੁਆਂਟ ਕਿਸੇ ਦਾ ਵੱਧ ਹੋ ਜਾਂਦਾ ਕਿਸੇ ਦਾ ਘੱਟ ਜਾਂਦਾ, ਅਸੀਂ ਲੋਕ ਕਰਜ਼ਾਈ ਹੋਣ ਕਰਕੇ ਆੜ੍ਹਤੀਆਂ ਦੇ ਉਂਝੋਂ ਬਿਨਾਂ ਮਤਲਬ ਦੇ ਫੜਾਂ ਮਾਰ ਕੇ ਆਪਣੇ ਅੱਗਾ ਚਲਾਉਣ ਵਾਸਤੇ ਝੂਠ ਬੋਲ ਰਹੇ ਹਾਂ, ਸਾਡਾ ਉਹੀ 28-30 ਦੀ ਐਵਰੇਜ ਪੈ ਰਹੀ ਆ। ਜਿਹੜਾ ਗੇਤਾ ਝੋਨਾ ਲਾਇਆ ਇਹਨੂੰ ਸਰਕਾਰ ਵੀ ਕਹਿੰਦੀ ਆ ਵੀ ਘੱਟ ਪਾਣੀ ਵਾਲਾ ਝੋਨਾ ਲਾਓ, ਪਰ ਇਹ ਜਦੋਂ ਗੇਤਾ ਜਾਣਾ ਮੰਡੀ 'ਚ ਇਹਦਾ ਭਾਅ ਨਹੀਂ ਆਉਣਾ, ਇਸ ਕਰਕੇ ਕਿਸਾਨ ਦੂਸਰਾ ਝੋਨਾ ਲਾਉਂਦਾ, ਉਹ ਟਾਈਮ ਵੱਧ, ਪਾਣੀ ਵੱਧ, ਖਰਚਾ ਵੱਧ, ਅਤੇ ਇਸ ਝੋਨਾ ਲਾਉਣ ਦਾ ਫਾਇਦਾ ਜਿਹੜਾ ਗੇਤਾ ਲਾਉਂਦੇ ਆਪਾਂ ਇਹਦਾ ਭਾਅ ਨਹੀਂ ਮਿਲਦਾ, ਇੱਥੇ ਆ ਕੇ ਹੁਣ ਤੁਸੀਂ ਮੰਡੀ 'ਚ ਦੇਖ ਲਿਓ ਕਿਸਾਨ ਲੈ ਕੇ ਆਊਗਾ, ਸਰਕਾਰੀ ਖਰੀਦ ਨਹੀਂ ਹੋਈ, ਇਹਦਾ ਤਾਂ ਸਰਕਾਰੀ MSP ਆ ਜਿਹੜੀ 16 ਕੁ ਰੁਪਈਏ, ਅਤੇ ਵਪਾਰੀ ਇੱਥੇ ਹੁਣ ਸਾਨੂੰ ਘੱਟ ਖਰੀਦੂ, ਅਸੀਂ ਝੋਨਾ ਲੈ ਕੇ ਆਵਾਂਗੇ, ਉਹਨੂੰ ਰੱਖਾਂਗੇ, ਉਹਨੂੰ ਖੋਲ੍ਹਾਂਗੇ, ਖਰਚਾ ਪਊਗਾ, ਹੋਰ ਵੀ ਵੱਧ ਪਊਗਾ, ਅਤੇ ਸਰਕਾਰ ਆਪਣੀਆਂ ਨੀਤੀਆਂ ਸਹੀ ਕਰੇ, ਜੇ ਸਾਨੂੰ ਕਹਿੰਦੇ ਨੇ ਵੀ ਘੱਟ ਸਮੇਂ ਵਾਲਾ ਤੁਸੀਂ ਝੋਨਾ ਲਾਉਂਦੇ ਹੋ, ਆਪਣੀਆਂ ਨੀਤੀਆਂ ਸਹੀ ਕਰਕੇ ਵੀ ਉਹਨੂੰ ਸਰਕਾਰੀ ਖਰੀਦ ਕਰੇ, ਪਿੰਡਾਂ 'ਚ ਕੋਈ ਖਰੀਦ ਨਹੀਂ, ਲੋਕਾਂ ਕੋਲ ਜਿੰਨਾ ਕੋਲ ਨਵੇਂ ਟਰੈਕਟਰ ਹੈਗੇ ਉਹ ਕਿਰਾਏ 'ਤੇ ਲੈ ਕੇ ਆਉਣਗੇ, ਉਹਨਾਂ ਦਾ ਖਰਚਾ ਤਾਂ ਹੋਰ ਵੀ ਵਧਣਾ, ਕਿਸਾਨ ਤਾਂ ਸਹੀ ਪਾਸੇ ਨੂੰ ਜਾ ਰਿਹਾ ਪਰ ਸਰਕਾਰਾਂ ਨਹੀਂ ਜਾਣ ਰਹੀ। ਜਿਹੜਾ ਝੋਨਾ ਹੈ ਮੰਡੀਆਂ ਦੇ ਵਿੱਚ ਆਉਣ ਲੱਗ ਗਿਆ, ਕਿਉਂਕਿ ਜਿਹੜੀ ਵਰਾਇਟੀਆਂ ਨੇ ਉਹ ਉਸ ਗੇਤੀਆਂ ਵਰਾਇਟੀਆਂ ਹੋ ਗਈਆਂ ਜਿਵੇਂ 121, 126, 166 ਮੰਡੀਆਂ ਦੇ ਵਿੱਚ ਝੋਨਾ ਆਉਣ ਲੱਗ ਗਿਆ। ਮੈਨੂੰ ਇਸ ਤਰ੍ਹਾਂ ਲੱਗਦਾ ਵੀ 25 ਤਰੀਕ ਤੱਕ ਇਹ ਮੰਡੀਆਂ ਭਰ ਜਾਣਗੀਆਂ, ਪਰ ਜਿਹੜੀ MSP ਰੇਟ ਹੈ, ਸਰਕਾਰੀ ਰੇਟ ਹੈ, ਸੈਂਟਰਲ ਸਰਕਾਰ ਵੱਲੋਂ 1 ਅਕਤੂਬਰ ਹੈ। ਮੈਂ ਤਾਂ ਬਤੌਰ ਆੜ੍ਹਤੀਆ ਕਿਸਾਨ ਅਤੇ ਇਹ ਬੇਨਤੀ ਕਰਨਾ ਚਾਹੁੰਦਾ ਸੈਂਟਰ ਸਰਕਾਰ ਨੂੰ, ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਪਹਿਲਾਂ 2000 ਤੋਂ ਲੈ ਕੇ 2007 ਤੱਕ ਖਰੀਦ ਪਹਿਲਾਂ ਲੈ ਕੇ ਆਉਂਦੇ ਰਹੇ ਨੇ 1 ਅਕਤੂਬਰ ਤੋਂ, ਜਿਵੇਂ 25 ਤਰੀਕ ਨੂੰ ਆਈ ਸੀ ਇੱਕ ਵਾਰੀ 27, ਉਸ ਤਰ੍ਹਾਂ ਜੇ ਐਡਵਾਂਸ ਇਹਦਾ ਖਰੀਦ ਸ਼ੁਰੂ ਹੋ ਜਾਵੇ ਤਾਂ ਜਿਹੜਾ ਮੰਡੀਆਂ ਦੇ ਵਿੱਚ ਇਹ ਘੱਟ ਨਹੀਂ ਆਊਗਾ, ਅਤੇ ਜਿਹੜੀ ਜ਼ਿਮੀਂਦਾਰ ਦੀ ਲੁੱਟ ਹੈ, ਸੁੱਟ ਹੈ, ਉਹ ਜ਼ਿਮੀਂਦਾਰ ਬਚੂ। ਜ਼ਿਮੀਂਦਾਰ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ ਵਿਚਾਰੇ ਦਾ, ਹੁਣ ਮੈਨੂੰ ਇਸ ਤਰ੍ਹਾਂ ਲੱਗਾ 25 ਤਰੀਕ ਤੋਂ ਜੇ 1 ਤਰੀਕ ਤੱਕ ਖਰੀਦ ਨਾ ਸ਼ੁਰੂ ਹੋਈ ਤਾਂ ਮੰਡੀਆਂ ਦੇ ਵਿੱਚ ਜ਼ਿਮੀਂਦਾਰ ਹੋਊਗਾ। ਕਣਕ ਤੋਂ ਜਾਂ ਝੋਨੇ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਹਾਂ, ਜਿਹੜੇ ਇਹ ਦੂਜੀਆਂ ਫਸਲਾਂ ਨੇ ਇਹਦਾ MSP ਰੇਟ ਕੀਤਾ ਜਾਵੇ, ਤਾਂ ਕਿ ਜਿਹੜਾ ਜ਼ਿਮੀਂਦਾਰ ਨੂੰ ਪੂਰਾ ਮੁੱਲ ਮਿਲੇ ਅਤੇ ਕਿਸਾਨ ਮੰਡੀਆਂ ਦੇ ਵਿੱਚ ਰੁਲੇਗਾ। ਅਤੇ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਮੰਡੀ ਬੋਰਡ ਦਾ, ਮੰਡੀ ਬੋਰਡ ਵੱਲੋਂ ਸਾਰੇ ਪੂਰੇ ਅਸੀਂ ਬੰਦੇ ਹੁਣ ਦੇਖਿਆ ਮੰਡੀ ਦੇ ਵਿੱਚ ਪੂਰੀ ਸਫਾਈ ਹੈ, ਬਿਜਲੀ ਦਾ ਪੂਰਾ ਇੰਤਜ਼ਾਮ ਹੈ, ਪਾਣੀ ਦਾ ਪੂਰਾ ਇੰਤਜ਼ਾਮ ਹੈ, ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਕਿਸਾਨ ਨੂੰ ਅਤੇ ਆੜ੍ਹਤੀ ਨੂੰ ਮਿਲ ਰਹੀਆਂ। ਜਿਹੜੀ ਤਾਂ ਆ ਰਹੀ ਹੈ PR 126 ਉਹ 2110 ਕੁਇੰਟਲ ਦਾ ਚੱਲ ਰਹੀ ਹੈ, ਹਾਂਜੀ, ਅਤੇ ਜਿਹੜੀ ਬਾਸਮਤੀ ਆ 1500 ਪਿਛਲੀ ਵਾਰ ਤਾਂ ਅਜੇ ਤੱਕ ਆਈ ਨਹੀਂ ਸੀਗੀ, ਪਿਛਲੀ ਵਾਰ ਸਾਡੇ ਪਹਿਲੀ ਢੇਰੀ 23 ਤਰੀਕ ਨੂੰ ਆਈ ਸੀਗੀ, ਇਸ ਵਾਰ 13 ਤਰੀਕ ਨੂੰ ਆ ਗਈ, ਤਾਂ ਸਾਡੇ ਜਿਹੜੇ PR 126 ਆ ਉਹ 2110 ਕੁਇੰਟਲ ਹੁਣ ਤੱਕ ਆ ਚੁੱਕੀ ਹੈ ਜੀ, ਅਤੇ ਜਿਹੜੀ ਬਾਸਮਤੀ ਆ 1509 ਉਹ 380 ਕੁਇੰਟਲ ਆ ਚੁੱਕੀ। ਜਿਹੜੀ ਬਾਸਮਤੀ ਵਿਕਦੀ ਹੈ ਜੀ ਇਹਦਾ ਸਾਡੇ 2300 ਤੋਂ ਲੈ ਕੇ 2500 ਤੱਕ ਦਾ ਰੇਟ ਆ, ਅੱਜ ਦਾ ਰੇਟ 2500। ਦੂਸਰੀ ਹੈਗੀ ਜਿਹੜੀ ਉਹਦਾ ਅਜੇ ਕੋਈ ਗਾਹਕ ਨਹੀਂ ਹੈਗਾ ਜੀ, ਇਸ ਕਰਕੇ ਉਹ ਜੇ ਕੱਚੀ ਭਰੀਦੀ ਆ ਕਿਸਾਨਾਂ ਨੇ ਆਪਣੇ ਭਰਾ ਕੇ ਰੱਖਿਆ। ਬਿਲਕੁਲ ਸਰ, 1 ਤਰੀਕ ਨੂੰ ਸਰਕਾਰੀ ਖਰੀਦ ਸ਼ੁਰੂ ਹੋਊਗੀ, ਜਦੋਂ ਵੀ ਆਪਣਾ ਖਰੀਦ ਸ਼ੁਰੂ ਹੋ ਗਈ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ।